ਵੱਲੋਂ ਵੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਸੁਖਜੀਤ ਮਾਨ। ਖੇਤੀ ਬਿੱਲਾਂ ਦੇ ਖਿਲਾਫ ਕਿਸਾਨਾਂ 'ਚ ਲਗਾਤਾਰ ਰੋਹ ਵੱਧਦਾ ਜਾ ਰਿਹਾ ਹੈ। ਕੇਂਦਰ ਸਰਕਾਰ ਵੱਲੋਂ ਕਿਸਾਨਾਂ ਨੂੰ ਤਰੀਕ 'ਤੇ ਤਰੀਕ ਦਿੱਤੀ ਜਾ ਰਹੀ ਹੈ, ਪਰ ਕੋਈ ਫੈਸਲਾ ਹਾਲੇ ਨਹੀਂ ਹੋਇਆ। ਕਿਸਾਨਾਂ ਦਾ ਇੱਕ ਟੁੱਕ ਫੈਸਲਾ ਬਿੱਲ ਵਾਪਸ ਲੈ ਜਾਣ। ਅਸੀਂ ਇਸ ਵਕਤ ਦਿੱਲੀ ਨੂੰ ਜਾ ਰਹੇ ਹਾਂ ਅਤੇ ਰਸਤੇ ਵਿੱਚ ਕਿਸਾਨਾਂ ਦੇ ਟਰੈਕਟਰ ਹੋਰ ਦਿੱਲੀ ਵੱਲ ਨੂੰ ਜਾ ਰਹੇ ਨੇ। ਸਾਡੇ ਨਾਲ ਕੁਝ ਕਿਸਾਨ ਮੌਜੂਦ ਨੇ, ਇਹਨਾਂ ਨਾਲ ਗੱਲਬਾਤ ਕਰਦੇ ਹਾਂ ਕਿ ਕਿਹੜੇ ਪਿੰਡੋਂ ਆਏ ਹੈ ਅਤੇ ਇਹਨਾਂ ਦਾ ਕੀ ਕਹਿਣਾ ਹੈ। ਸਤਿ ਸ਼੍ਰੀ ਅਕਾਲ ਬਾਈ ਜੀ। ਸਤਿ ਸ਼੍ਰੀ ਅਕਾਲ ਬਾਈ ਜੀ। ਕਿਹੜੇ ਪਿੰਡੋਂ ਆਏ ਹੋ ਤੁਸੀਂ? ਸਾਡਾ ਪਿੰਡ ਮੁਨਸੀ ਵਾਲਾ ਜੀ, ਜ਼ਿਲ੍ਹਾ ਸੰਗਰੂਰ। ਅੱਛਾ, ਕੀ ਇਸ ਤੋਂ ਪਹਿਲਾਂ ਤੁਸੀਂ ਅੰਦੋਲਨ 'ਚ ਜਾ ਆਏ ਹੋ ਜਾਂ ਅੰਦੋਲਨ ਨੂੰ ਕਈ ਦਿਨ ਹੋ ਗਏ ਸ਼ੁਰੂ ਹੋਏ ਨੂੰ? ਇੱਕ ਟਰਾਲੀ ਪਹਿਲਾਂ ਚੱਲ ਗਈ ਸਾਡੀ, ਆ ਦੂਜਾ ਕਾਫਲਾ ਜਾ ਰਿਹਾ। ਅੱਛਾ, ਹਾਂਜੀ। ਅਤੇ ਮਤਲਬ ਆਪਦਾ ਖੇਤੀ ਧੰਦੇ ਵਗੈਰਾ ਖਤਮ ਕਰਕੇ ਆਏ ਹੋ, ਕਣਕ ਵਗੈਰਾ ਬੀਜ ਕੇ ਆਏ ਹੋ? ਹਾਂ ਜੀ, ਕਣਕ ਵਗੈਰਾ ਬੀਜ ਕੇ ਆਇਆ, ਪਾਣੀ ਪੂਣੀ ਲਾ ਗਿਆ, ਵਿਹਲੇ ਹੋ ਗਏ ਆਇਆ, ਪਰ ਮੋਦੀ ਨੇ ਵਿਹਲੇ ਨਹੀਂ ਛੱਡਿਆ ਸਾਨੂੰ, ਕੰਮ ਲਾਤੇ ਦੁਬਾਰੇ। ਅੱਛਾ, ਸਰਕਾਰ ਕਹਿ ਰਹੀ ਹੈ ਵੀ ਅਸੀਂ ਇਹਦੇ ਬਿੱਲਾਂ ਦੇ ਵਿੱਚ ਸੋਧ ਕਰ ਦੇਵਾਂਗੇ ਅਤੇ ਬਿੱਲ ਵਾਪਸ ਨਹੀਂ ਲੈਂਦੇ, ਤੁਹਾਨੂੰ ਕੀ ਲੱਗਦਾ ਵੀ ਸੋਧਾ ਇਹ ਆਪਣੇ ਹੱਕ 'ਚ ਕਹਿੰਦੇ ਹੈ ਜਾਂ ਇਹ ਗੱਲ ਨੂੰ ਲਮਕਾਉਣਾ ਚਾਹੁੰਦੇ ਨੇ? ਨਹੀਂ, ਆਪਣੇ ਹੱਕ 'ਚ ਨਹੀਂ ਹੈਗਾ ਜੀ ਇਹ ਵੱਡੇ ਘਰਾਣੇ ਨੂੰ ਦੇ ਰਹੇ ਨੇ ਫਾਇਦਾ, ਕਿਸਾਨਾਂ ਨੂੰ ਕੋਈ ਫਾਇਦਾ ਨਹੀਂ ਇਹਦਾ ਜੀ, ਇਹਦਾ ਰਾਜੀ ਹੋਣੇ ਚਾਹੀਦੇ ਆ। ਅਤੇ ਤੁਹਾਨੂੰ ਲੱਗਦਾ ਹੈ ਵੀ ਆਪਾਂ ਕੁਝ ਕਿਹਾ ਜਾ ਰਿਹਾ ਹੈ ਵੀ ਇਹਦੇ ਵਿੱਚ ਗਲਤ ਅੰਸਰ ਵੜ ਕੇ ਇਹ ਅੰਦੋਲਨ ਨੂੰ ਖਰਾਬ ਕਰਨ ਦੀਆਂ ਗੱਲਾਂ ਕਰ ਰਹੇ ਨੇ, ਪਰ ਜਿੰਨਾ ਚਿਰ ਦੇਖਿਆ ਗਿਆ ਵੀ ਸਾਰੇ ਉੱਥੇ ਕਿਸਾਨ ਹੀ ਮੌਜੂਦ ਨੇ, ਅਤੇ ਤੁਸੀਂ ਕੀ ਤਿਆਰੀ ਕਰਕੇ ਲੈ ਕੇ ਆਏ ਹੋ ਅੰਦੋਲਨ ਦੇ ਪ੍ਰਤੀ? ਅਸੀਂ ਵੀਰ ਜੀ ਫੁੱਲ ਤਿਆਰੀ ਕਰਕੇ ਆਏ ਹਾਂ, ਸਾਡੀ ਟਰਾਲੀ ਪਹਿਲਾਂ ਜਿਹੜੀ ਗਈ ਹੋਈ ਹੈ 6 ਮਹੀਨੇ ਦਾ ਰਾਸ਼ਨ ਆ ਉਹਦੇ 'ਚ। ਹਾਂਜੀ, ਅਸੀਂ ਰੱਦ ਕਰਾ ਕੇ ਮੁੜਾਂਗੇ ਬਿੱਲ ਅਸੀਂ, ਇਹਦਾ ਜਿਹੜੇ ਸਰਕਾਰ ਨੇ ਵਿੱਚ ਗਲਤ ਬੰਦੇ ਛੱਡਤੇ ਜਥੇਬੰਦੀਆਂ ਨੂੰ ਬਦਨਾਮ ਕਰਨ ਵਾਸਤੇ, ਲੇਕਿਨ ਜਥੇਬੰਦੀਆਂ ਬਹੁਤ ਸਿਆਣੀਆਂ, ਆਗੂ ਬਹੁਤ ਸਿਆਣੇ ਆ, ਬਹੁਤ ਸਮਝਦਾਰੀ ਨਾਲ ਚੱਲ ਰਹੇ ਆ। ਇਹ ਕਿਸਾਨ ਵੀਰ ਦਾ ਕਹਿਣਾ ਹੈ ਕਿ ਸਰਕਾਰ ਭਾਵੇਂ ਕੁਛ ਵੀ ਕਰੇ, ਅਸੀਂ ਅੰਦੋਲਨ ਦੀ ਵਾਪਸੀ ਤੱਕ ਉੱਥੇ ਡਟੇ ਰਹਾਂਗੇ ਅਤੇ ਖੇਤ ਜਿਹੜਾ ਬਿੱਲ ਬਣਾਏ ਹੈਗੇ ਆ, 3 ਖੇਤੀ ਬਿੱਲ ਹੈ, ਉਹਨਾਂ ਨੂੰ ਵਾਪਸ ਲੈਣਾ ਹੀ ਇੱਕੋ ਇੱਕ ਸਾਡਾ ਮੁੱਖ ਮੰਗ ਹੈਗੀ ਹੈ। ਕੈਮਰਾਮੈਨ ਸਾਥੀ ਰਵਿੰਦਰ ਰਿਆਜ਼ ਦੇ ਨਾਲ ਸੁਖਜੀਤ ਮਾਨ। ਨਮਸਕਾਰ, ਮੈਂ ਹਾਂ ਰਵਿੰਦਰ ਰਿਆਜ਼। ਜਿਵੇਂ ਕਿ ਮੇਰੇ ਸਹਿਯੋਗੀ ਸੁਖਜੀਤ ਮਾਨ ਨੇ ਦਿਖਾਇਆ ਕਿ ਅੱਗੇ ਟਰੈਕਟਰ ਦੇ ਅਗਲੇ ਪਾਸੇ ਜਿਹੜੇ ਨੌਜਵਾਨ ਸੀ ਅਤੇ ਹੁਣ ਅਸੀਂ ਟਰਾਲੀ ਦੇ ਉਸ ਟਰਾਲੀ ਦੇ ਵਿੱਚ ਮੌਜੂਦ ਹਾਂ ਜਿਹੜੀ ਕਿ ਪੰਜਾਬ ਤੋਂ ਸਵਾਰ ਹੋ ਕੇ ਦਿੱਲੀ ਕੂਚ ਕਰ ਰਹੀ ਹੈ। ਅਤੇ ਇਹਦੇ ਵਿੱਚ ਮੈਂ ਤੁਹਾਨੂੰ ਤਸਵੀਰਾਂ ਦਿਖਾਵਾਂਗੇ, ਹਾਈਵੇ ਹੈ, ਨੈਸ਼ਨਲ ਹਾਈਵੇ ਹੈ, ਟਰਾਲੀ ਦੀ ਵਿਚਰੀ ਤਸਵੀਰਾਂ ਦਿਖਾਈਏ ਤਾਂ ਬਜ਼ੁਰਗ ਸਾਡੇ ਨਾਲ ਮੌਜੂਦ ਹੈ ਅਤੇ ਦਾਦਿਆਂ ਦੇ ਨਾਲ ਕਹੀਏ ਤਾਂ ਪੋਤੇ ਵੀ ਅੱਜ ਸ਼ਾਮਿਲ ਨੇ ਕਿਸਾਨੀ ਘੋਲ ਵਿੱਚ, ਦਾਦਿਆਂ ਦੇ ਨਾਲ ਪੋਤੇ ਵੀ ਸ਼ਾਮਿਲ ਹੈ ਅਤੇ ਇਹਨਾਂ ਨਾਲ ਗੱਲਬਾਤ ਕਰਦੇ ਹਾਂ ਕਿ ਇਹ ਕਿਵੇਂ ਦਿੱਲੀ ਜਾ ਰਹੇ ਨੇ, ਕਿਸਾਨਾਂ ਦਾ ਜਿਹੜਾ ਸੰਘਰਸ਼ ਹੈ ਉਸ ਵਿੱਚ ਸ਼ਾਮਿਲ ਹੋਣ ਦਾ। ਬਾਬਾ ਜੀ ਕੀ ਨਾਮ ਹੈ ਤੁਹਾਡਾ? ਸਰਦੂਲ ਸਿੰਘ ਹੈ ਜੀ। ਦਿੱਲੀ ਜਿਸ ਪ੍ਰਕਾਰ ਉੱਥੇ ਜਿਹੜਾ ਤਣਾਅ ਦੀ ਸਥਿਤੀ ਵੀ ਹੋ ਰਹੀ ਹੈ, ਐਡੀ ਫੋਰਸ ਵੀ ਮੋਦੀ ਸਰਕਾਰ ਨੇ ਲਾ ਦਿੱਤੀ ਹੈ, 5ਵੀਂ ਮੀਟਿੰਗ ਵੀ ਤੁਹਾਡੀ ਬੇਸਿੱਟਾ ਰਹੀ ਹੈ, ਕੀ ਕਹੋਗੇ? ਇਹਦਾ ਮੀਟਿੰਗ ਜੀ ਜਿਹੜਾ ਕਰਨੀ ਆ ਨਾ, ਸੁਣਦੇ ਤਾਂ ਹੈ ਨਹੀਂ ਕੋਈ ਗੱਲ ਜੀ, ਅਸੀਂ ਤਾਂ ਜਾਵਾਂਗੇ ਉੱਥੇ ਰਹਾਂਗੇ, 10 ਦਿਨ ਰਹੀਏ, 20 ਦਿਨ ਰਹੀਏ, ਜਿੰਨਾ ਚਿਰ ਰੱਖਣਗੇ ਸਾਡੇ ਉੱਥੇ ਜੂਨੀਅਰ ਵਾਲੇ ਰਹਾਂਗੇ ਉਨਾ ਚਿਰ ਉੱਥੇ। ਤੇ ਟਰਾਲੀ ਵਿੱਚ ਕੀ ਕੀ ਸਮਾਨ ਲੱਦ ਕੇ ਲੈ ਕੇ ਜਾ ਰਹੇ ਹੋ, ਕੀ ਕੀ ਸੁਵਿਧਾਵਾਂ ਲੈ ਕੇ ਜਾ ਰਹੇ ਹੋ? ਅਸੀਂ ਆਪਣਾ ਰਾਸ਼ਨ ਲੈ ਕੇ, ਸਾਰਾ ਸਮਾਨ ਸਾਡੇ ਕੋਲ ਹੈਗਾ, ਆਪਦਾ 6 ਮਹੀਨਾ ਸਮਾਨ ਰਾਸ਼ਨ ਲੈ ਕੇ ਆਇਆ ਅਸੀਂ, ਤੇ ਜਿੰਨਾ ਚਿਰ ਕਾਲੇ ਕਾਨੂੰਨ ਰੱਦ ਨਹੀਂ ਹੁੰਦੇ ਉਨਾ ਚਿਰ ਅਸੀਂ ਉੱਥੋਂ ਵਾਪਸ ਨਹੀਂ ਆਉਂਦੇ। ਨੌਜਵਾਨਾਂ ਦੀ ਜਿਹੜੀ ਉਮਰ ਹੁੰਦੀ ਹੈ, ਖਾਸ ਕਰ ਉਹ ਤਾਂ ਪਿੰਡ 'ਚ ਗਾਣਿਆਂ ਦੀ ਹੁੰਦੀ ਹੈ, ਖੇਡਣ ਕੁੱਦਣ ਦੀ ਹੁੰਦੀ ਹੈ, ਅੱਜ ਦਾਦਿਆਂ ਨਾਲ ਪੋਤੇ ਵੀ ਮੋਢੇ ਨਾਲ ਮੋਢਾ ਲਾ ਕੇ ਖੜੇ, ਕੀ ਕਹੋਗੇ, ਕਿੰਨਾ ਸੰਘਰਸ਼ ਡੂੰਘਾ ਹੁੰਦਾ ਜਾ ਰਿਹਾ? ਬਾਈ ਜੀ, ਸੰਘਰਸ਼ ਤਾਂ ਡੂੰਘਾ ਹੋਣਾ ਹੀ ਹੈ, ਇਹ ਸਾਡੇ ਵਜੂਦ ਦੀ ਲੜਾਈ ਹੈ, ਸਾਡਾ ਵਜੂਦ ਖਤਮ ਕਰਨ ਨੂੰ ਫਿਰਦੇ ਆ ਮੋਦੀ ਸਰਕਾਰ, ਤਾਂ ਕਰਕੇ ਸਾਨੂੰ ਦਾਦਿਆਂ ਨਾਲ ਪੋਤਿਆਂ ਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਮਿਲ ਇੱਕਜੁੱਟ ਹੋ ਕੇ ਜਾਣਾ ਪੈ ਰਿਹਾ ਦਿੱਲੀ, ਅਤੇ ਉੱਥੇ ਜਾ ਕੇ ਸੰਘਰਸ਼ ਕਰਾਂਗੇ, ਉਹਦੇ ਜਿਹੜੇ ਕਾਲੇ ਕਾਨੂੰਨ ਨੇ ਉਹਨਾਂ ਵਿਰੁੱਧ ਲੜਾਂਗੇ, ਅਤੇ ਜਿੰਨਾ ਚਿਰ ਉਹ ਰੱਦ ਨਹੀਂ ਹੁੰਦੇ ਉਹਨਾਂ ਚਿਰ ਅਸੀਂ ਵਾਪਸ ਆਉਣ ਵਾਲੇ ਨਹੀਂ ਹੈਗੇ ਉੱਥੋਂ ਹੁਣ। ਜਿਸ ਪ੍ਰਕਾਰ ਮੀਟਿੰਗ ਵੀ ਹੋਈ ਹੈ ਅਤੇ ਪੁਲਿਸ ਫੋਰਸ ਜਿਹੜੀ ਹੈ ਬਹੁਤ ਵੱਡੇ ਪੈਮਾਨੇ ਦੇ ਉੱਤੇ ਲਾ ਦਿੱਤੀ ਗਈ ਹੈ, ਬੱਚਿਆਂ ਦੀ ਪਰਵਾਹ ਹੈ ਤੁਹਾਨੂੰ ਜਿਹੜੇ ਪਿੱਛੇ ਛੱਡ ਕੇ ਆਏ ਹੋ, ਉਹਨਾਂ ਦਾ ਕਾਰਗੁਜ਼ਾਰ ਕਿਵੇਂ ਚੱਲ ਰਹੀ ਹੈ? ਨਹੀਂ, ਬੱਚੇ ਜੇ ਹੁਣ ਕੱਲ੍ਹ ਨੂੰ ਮੋਦੀ ਸਰਕਾਰ ਨੇ ਕੋਈ ਸਾਡੇ ਪੱਲੇ ਛੱਡਿਆ, ਫਿਰ ਵੀ ਤਾਂ ਬੱਚੇ ਰੋਲਣਗੇ, ਫਿਰ ਵੀ ਬੱਚੇ ਉਹਨਾਂ ਦੇ ਫਿਊਚਰ ਖਰਾਬ ਹੈ। ਅਸੀਂ ਹੁਣ ਇੱਕ ਦਾਅ ਕਰਕੇ ਆਇਆ ਵੀ ਹਾਂ ਕੋਈ ਚੱਕਰ ਨਹੀਂ, ਇਹ ਕਾਨੂੰਨ ਅਸੀਂ ਰੱਦ ਕਰਾ ਕੇ ਜਾਣੇ ਨੇ, ਜੋ ਮਰਜ਼ੀ ਹੋਵੇ, ਅਸੀਂ ਬੱਚਿਆਂ ਦੀ ਪਰਵਾਹ ਬਿਨਾਂ ਕਰੇ ਇੱਥੇ ਆਏ ਹਾਂ ਦਿੱਲੀ, ਅਤੇ ਕਾਨੂੰਨ ਰੱਦ ਕਰਾ ਕੇ ਜਾਵਾਂਗੇ। ਇਹਨਾਂ ਦਾ ਹੌਸਲਾ ਵਾਕਈ ਕਾਫੀ ਕਾਬਲੇ ਤਾਰੀਫ ਹੈ, ਬੱਚਿਆਂ ਦੀ ਪਰਵਾਹ ਛੱਡੇ ਬਗੈਰ ਇਹ ਲੋਕ ਕਿਸਾਨੀ ਸੰਘਰਸ਼ ਵੱਲ ਕੂਚ ਕਰ ਰਹੇ ਨੇ। ਬਾਪੂ ਜੀ, ਤੁਹਾਡੀ ਉਮਰ ਮੈਨੂੰ ਲੱਗਦਾ 80 ਦੇ ਕਰੀਬ ਹੋਊਗੀ, ਕਿੰਨੀ ਉਮਰ ਹੈ ਤੁਹਾਡੀ? ਮੇਰੀ ਹਾਂ 80 ਦੇ ਨੇੜੇ ਹੋਊਗੀ ਜੀ ਉਮਰ। ਤੁਸੀਂ ਜ਼ਿੰਦਗੀ ਤੇ ਸਭ ਨਾਜ਼ੁਕ ਪੜਾਅ ਵੀ ਦੇਖੇ ਤੇ ਵਧੀਆ ਪੜਾਅ ਵੀ ਦੇਖੇ ਹੈ, ਸਭ ਦੇਖੇ ਨੇ ਜੀ। ਤੇ ਜਿਸ ਪ੍ਰਕਾਰ ਘੋਲ ਚੱਲ ਰਿਹਾ ਕਿਸਾਨੀ ਦਾ, ਅੱਜ ਤੋਂ ਪਹਿਲਾਂ ਤੁਹਾਨੂੰ ਲੱਗਦਾ ਹੈ ਕਿ ਇਸ ਪ੍ਰਕਾਰ ਜਿਹੜੇ ਇੱਕ ਮੰਚ ਤੇ ਸਾਰੇ ਕਿਸਾਨ ਜਥੇਬੰਦੀ ਜਿਹੜੀ ਇਕੱਠੀ ਹੋਈ ਹੋਣ? ਨਾ ਜੀ, ਅੱਗੇ ਨਹੀਂ ਕਦੇ ਵੇਖਿਆ ਇਹੋ ਜਿਹਾ ਕੰਮ, ਨਾ ਕਦੇ ਗਏ ਆ, ਕਦੇ ਮਾੜਾ ਮੋਟਾ ਜਾਂਦੇ ਤੇ ਥੋੜੇ ਵਾਲੇ ਜਾਂਦੇ ਤੇ, ਹੁਣ ਤਾਂ ਪੂਰਾ ਮੋਦੀ ਨੇ ਲੋੜ ਪਾਈ ਆ, ਪਹਿਲਾਂ ਲੋੜ ਹੀ ਨਹੀਂ ਪਈ ਸੀ, ਪਹਿਲਾਂ ਲੋੜ ਹੀ ਨਹੀਂ ਪਈ, ਮੋਦੀ ਨੇ ਪਾਈ ਆ ਲੋੜ। ਮੋਦੀ ਕਾਲੇ ਕਾਨੂੰਨ ਲੈ ਕੇ ਆ ਤਾਂ ਸਾਰੇ ਵਧੀਆ, ਇੱਕ ਗੱਲੋਂ ਫਾਇਦਾ ਪੰਜਾਬ ਇੱਕਜੁੱਟ ਹੋਇਆ, ਪਤਾ ਲੱਗਿਆ ਪੰਜਾਬ ਦੇ ਪਿਆਰ ਦਾ, ਜਿਹਨੂੰ ਨਸ਼ੇੜੀ
दूजी गल सू दसो जिम्मे अज कई दिन हालांकि दिल्ली कोल तो कई दिनों का चल रहा संघर्ष चल रहा है ਤੁਸੀਂ ਇੰਨਾ ਲੇਟ ਜਾ ਰਹੇ ਹੋ ਕਿ ਬਾਰੀਆਂ ਬੰਨੀਆਂ ਹੋਈਆਂ ਤੁਹਾਡੀਆਂ ਕਿਵੇਂ ਜਾ ਰਹੇ ਹੋ ਨਹੀਂ ਬਾਈ ਇਹ ਬਾਰੀਆਂ ਬੰਨੀਆਂ ਹੋਏ ਨੇ ਇੱਕ ਟਰਾਲੀ ਸਾਡੀ ਪਹਿਲਾਂ ਚਲੀ ਗਈ ਆ ਉੱਥੇ ਹੈਗੇ ਨੇ ਮੁੰਡੇ ਰਹਿ ਰਹੇ ਨੇ ਤੇ ਉਹਨਾਂ ਉਹ ਵਾਪਸ ਛੱਡਾਂਗੇ ਉਹ ਆ ਜਾਣਗੇ ਅਸੀਂ ਉੱਥੇ ਰਵਾਂਗੇ ਬਦਲ ਬਦਲ ਪਿੰਡਾਂ 'ਚੋਂ ਜਾ ਰਹੇ ਹਾਂ ਅਸੀਂ ਅਤੇ ਤਾਂ ਕਰਕੇ ਬਾਰੀਆਂ ਬੰਨੀਆਂ ਹੋਈਆਂ ਨੇ ਤਾਂ ਇਸ ਜਿਸ ਪ੍ਰਕਾਰ ਦੇਖਿਆ ਤੁਸੀਂ ਅਸੀਂ ਨੌਜਵਾਨਾਂ ਨਾਲ ਵੀ ਗੱਲ ਕੀਤੀ ਹਾਲਾਂਕਿ ਬਜ਼ੁਰਗਾਂ ਦੇ ਪੋਤੇ ਹੀ ਨੇ ਅਤੇ ਇੱਕ ਇੱਕ ਪਿੰਡ ਦੀ ਟਰਾਲੀ ਹੈ ਇਹਨਾਂ ਨੇ ਦੱਸਿਆ ਕਿ ਇੱਕ ਟਰਾਲੀ ਸਾਡੀ ਆਲਰੇਡੀ ਉੱਥੇ ਪਹੁੰਚੀ ਹੋਈ ਹੈ ਅਤੇ ਸ਼ਿਫਟਾਂ ਵਾਈਜ਼ ਜਿਹੜੀ ਕਿਸਾਨ ਸੰਘਰਸ਼ ਵਿੱਚ ਜਿਹੜੇ ਕਿਸਾਨ ਸ਼ਾਮਿਲ ਹੋ ਰਹੇ ਨੇ ਉਹ ਆਪਦੀ ਹਾਜ਼ਰੀ ਲਵਾ ਰਹੇ ਨੇ ਇਹਨਾਂ ਦੇ ਜਜ਼ਬੇ ਦੀ ਜੇਕਰ ਗੱਲ ਕਰੀਏ ਤਾਂ ਬੱਚਿਆਂ ਦੀ ਪਰਵਾਹ ਠੰਡ ਦੀ ਪਰਵਾਹ ਸਭ ਕੁਝ ਤੋਂ ਤਿਆਗ ਕੇ ਇਹ ਲੋਕ ਆਪਣੇ ਮੰਗਾਂ ਨੂੰ ਲੈ ਕੇ ਮੋਦੀ ਸਰਕਾਰ ਖਿਲਾਫ਼ ਆਪਣਾ ਸੰਘਰਸ਼ ਤਿੱਖਾ ਵਿੜ ਰਹੇ ਨੇ ਸੁਖਜੀਤ ਮਾਨ ਦੇ ਨਾਲ ਰਵਿੰਦਰ ਰਿਆਜ ਸੱਚ ਕਹੂੰ ਦੇਸ਼ ਵਿਦੇਸ਼ ਕੇ ਤਮਾਮ ਖਬਰੋਂ ਸੇ ਜੁੜੇ ਰਹਿਣੇ ਕੇ ਲਈ ਸਬਸਕ੍ਰਾਈਬ ਕਰੇ ਸੱਚ ਕਹੂੰ ਔਰ ਬੈਲ ਆਈਕਨ ਪ੍ਰੈਸ ਕਰਕੇ ਪਾਏ ਹਰ ਲੇਟੈਸਟ ਅਪਡੇਟ ਸਭ ਸੇ ਪਹਿਲੇ